ਅੱਛਾ ਬਾਈ ਜੀ, ਇਹ ਕਈ ਬੱਚੇ ਤਾਂ ਚਲੋ ਮਿਹਨਤ ਕਰਕੇ ਪਾਸ ਹੁੰਦੇ ਆ, ਕਈ ਨਕਲ ਮਾਰਦੇ। ਤੁਹਾਡੇ ਹਿਸਾਬ ਨਾਲ ਨਕਲ ਮਾਰਨਾ ਸਹੀ ਕਿ ਗਲਤ ਆ? ਭਾਜੀ ਮੇਰੇ ਹਿਸਾਬ ਨਾਲ ਦੇਖੇ ਤਾਂ ਹੈ ਤਾਂ ਗਲਤ ਹੈ, ਪਰ ਬੰਦੇ ਕੋਲ ਜਦੋਂ ਕੋਈ ਹੋਰ ਆਪਸ਼ਨ ਨਹੀਂ ਹੁੰਦੀ ਫਿਰ ਇਹੀ ਬਚਦੀ ਹੈ। ਹਾਂ ਜੀ, ਹੋਰ ਕੋਈ ਆਪਸ਼ਨ ਨਾ ਹੋਵੇ ਤੇ ਨਕਲ ਮਾਰਨਾ ਸਹੀ ਵੀ ਆ ਤੁਹਾਡੇ ਹਿਸਾਬ ਨਾਲ? ਨਹੀਂ 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 ਯਾਰ, ਫਿਰ ਅੱਗੇ ਬੱਚਾ ਕਿਆ ਕਰੂਗਾ ਜੇ ਹੁਣ ਤੇ ਨਕਲਾਂ ਮਾਰ ਮਾਰ ਕੇ ਅੱਗੇ ਜਾ ਰਿਹਾ, ਫਿਰ ਅੱਗੇ ਵੀ ਨਕਲ ਚੋ ਚਾਹੀਦੇ ਆ। ਇਹ ਕਹਿੰਦੇ ਜੀ ਫਿਰ ਅੱਗੇ ਕੀ ਕਰੂਗਾ? ਨਹੀਂ ਉਹ ਮੈਂ ਕਹਿ ਰਿਹਾ ਲਾਸਟ ਆਪਸ਼ਨ ਹੈ ਸਾਡੀ, ਪਹਿਲਾਂ ਮਿਹਨਤ ਕਰੋ, ਵੈਸੇ ਤਾਂ ਗਲਤ ਹੈ ਹਾਂ, ਪਰ ਡੁੱਬਦੇ ਨੂੰ ਤਾਂ ਹੁਣ ਤਿਨਕੇ ਦਾ ਸਹਾਰਾ ਮੈਂ ਹੀ ਕਹੂੰਗਾ। ਲਾਸਟ ਲਾਸਟ ਆਪਸ਼ਨ ਤੇ ਹੈਗੀ ਹੈ, ਪਰ ਅੱਜ ਕੱਲ੍ਹ ਦੇ ਜਿਹੜੇ ਨਿਆਣੇ ਨਾ ਜ਼ਿਆਦਾਤਰ ਉਹ ਸਿੱਧੇ ਲਾਸਟ ਆਪਸ਼ਨ ਤੇ ਆਉਣਾ ਚਾਹੁੰਦੇ, ਕਿਉਂਕਿ ਫਾਸਟ ਹੋ ਗਏ ਨਾ, ਚੜ ਤਰ 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 ਜਲਦੀ ਕੰਮ ਹੋ ਜਾਏ। ਅੱਛਾ, ਤੁਸੀਂ ਕਦੀ ਨਕਲ ਮਾਰੀ ਹੈ ਪੇਪਰਾਂ ਦੇ ਵਿੱਚ? ਨਹੀਂ ਵੀਰੇ, ਮੌਕਾ ਨਹੀਂ ਮਿਲਿਆ। ਭਾਈ ਸੋਚ ਲਓ ਯਾਰ। ਨਹੀਂ ਨਹੀਂ ਵੀਰੇ, ਮੌਕਾ ਮਾੜੀ ਮੋਟੀ ਕਿਤੇ ਨਹੀਂ। ਅੱਛਾ ਭਾਈ ਕਹਿੰਦੇ ਮੌਕਾ ਨਹੀਂ ਮਿਲਿਆ, ਤੇ ਜੇ ਮੌਕਾ ਮਿਲਦਾ ਫਿਰ ਮਾਰਨੀ ਸੀ ਨਕਲ? ਹਾਂ ਫਿਰ ਵਧੀਆ ਨੰਬਰ ਆ ਜਾਂਦੇ, ਹੁਣ 33 ਤੇ ਹੀ ਪਾਸ ਹੋਏ ਆਪਾਂ ਵੀ। ਭਾਈ ਤੁਸੀਂ ਨਕਲ ਮਾਰੀ ਕਿਤੇ? ਪਤਾ ਯਾਰ, ਆਪ 10ਵੀਂਆਂ 2 ਸਾਲ ਆ, 8ਵੀਂਆਂ 2 ਸਾਲ ਆ। ਭਾਈ ਨੇ ਕਿੰਨੀ ਮਿਹਨਤ ਕਰਕੇ, ਇਮਾਨਦਾਰੀ ਹੈ ਨਾ, ਕੱਲੀ ਮਾਰੀ। ਕੀ ਬਾਤ ਹੈ, ਇਹੋ ਜਿਹਾ ਇਮਾਨਦਾਰ ਬੰਦਾ ਲੱਭਣਾ ਨਹੀਂ ਪੰਜਾਬ 'ਚ। ਭਾਈ ਨੇ 2-2 ਸਾਲ ਲਾਏ 8ਵੀਂ ਤੇ 10ਵੀਂ 'ਚ, ਪਰ ਨਕਲ ਨਹੀਂ ਮਾਰੀ। ਭਾਈ ਨਕਲ ਮਾਰੀ ਨਹੀਂ ਕਿ ਨਕਲ ਮਾਰਨ ਦਾ ਮੌਕਾ ਹੀ ਨਹੀਂ ਮਿਲਿਆ? ਨਹੀਂ ਨਹੀਂ, ਮੌਕੇ ਨੂੰ ਕਿਹਾ, ਜੇ ਹੋਰ ਵੀ ਮਾਰ ਤੇ ਆਪਾਂ ਵੀ ਮਾਰ ਸਕਦੇ ਤੇ, ਪਰ ਇਹੋ ਜਿਹਾ ਕੰਮ ਚੱਲੇ ਹੀ ਨਹੀਂ ਹੈ। ਕਿਉਂ ਤੁਸੀਂ ਕਿਉਂ ਇੰਨੇ ਚੰਗੇ ਬਣੇ, 10ਵੀਂ ਪਾਸ ਕਰ ਜਾਂਦੇ ਇੱਕੋ ਵਾਰ 'ਚ ਨਕਲ ਮਾਰ ਕੇ? ਹੈ ਯੰਗ ਜਨਰੇਸ਼ਨ ਨੌਜਵਾਨ ਹੈਨਾ, ਵਿਚਾਰੇ 35-35 ਸਾਲ ਦੇ ਵਿੱਚ 10ਵੀਂ ਕਰਨ ਡੇ ਆ, ਹਿਸਾਬ ਲਓ ਫਿਰ ਵਿਆਹ ਕਦੋਂ ਹੋਣਗੇ, ਕਦੋਂ ਨਿਆਣੇ ਹੋਣਗੇ ਹੈਨਾ। ਬੱਚੇ 8ਵੀਂ ਦੇ ਵਿੱਚ, ਆਪਣਾ ਮੁੰਡਾ 8ਵੀਂ ਚ, ਆਪਣੀ ਬੇਟੀ 8ਵੀਂ ਚ, ਤੇ ਬਾਈ ਨੇ 10ਵੀਂ ਦੇ ਪੇਪਰ ਦਿੱਤੇ। ਯਾਰ ਇਹ ਬੜੇ 10ਵੀਂ ਚ ਰੁਕ ਗਏ, ਉਧਰੋਂ ਨਹੀਂ ਆਪਾਂ ਰੁਕੇ, ਕਹਿੰਦੇ ਪੜ੍ਹਾਈ ਲਿਖਾਈ ਚ ਰੁਕੇ ਪਰ ਜ਼ਿੰਦਗੀ ਚ ਨਹੀਂ ਰੁਕੇ। ਇਹ ਓਕੇ ਰਿਪੋਰਟ ਆ, ਇੱਦਾਂ ਦੇ ਮਤਲਬ ਪੰਜਾਬੀਆਂ ਦੀ ਖਾਸ ਗੱਲ ਇਹ ਆ, ਖੁਸ਼ਗਵਾਰ ਮਸਤ ਹੋ ਕੇ ਰਹਿੰਦੇ ਆ ਹੈਨਾ, ਜਿੰਨਾ ਰੱਬ ਨੇ ਦਿੱਤਾ ਜੋ ਦਿੱਤਾ ਉਹਦੇ 'ਚ ਖੁਸ਼ ਰਹਿੰਦੇ ਨੇ। ਭਾਜੀ ਤੁਹਾਡੇ ਨਾਲ ਗੱਲ ਕਰਨ ਵਾਲੇ ਬਹੁਤ ਬਹੁਤ ਥੈਂਕ ਯੂ। ਹੁਣ ਤੁਸੀਂ ਚਾਹ ਪੀ ਲਓ ਆਪਣੀ। ਤੁਸੀਂ ਵੀ ਪੀ ਲਓ ਜੀ। ਬਸ ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮਚ।